ਹੈਲੋ ਦੋਸਤੋ ਜੋ ਵਿਦਿਆਰਥੀ ਗੁਰਨਾਨ ਦੇਵ ਯੂਨੀਵਰਸਿਟੀ ਇੰਦਾ ਸਟੱਡੀ ਕਰਦੇ ਆ ਰੈਗੂਲਰ ਜਾਂ ਪ੍ਰਾਈਵੇਟ ਉਹਨਾਂ ਦੀ ਡੀਐਮਸੀਆਂ ਯਾ ਯੂਨ ਸੈਮੈਸਟਰ ਦੀ ਆ ਚੁੱਕੀਆਂ ਨੇ ਮਤਲਬ ਕਿ ਮਈ ਸੈਸ਼ਨ ਦੀਆਂ ਜਿਨ੍ਹਾਂ ਨੇ ਮਈ ਦੇ ਐਗਜ਼ਾਮ ਦਿੱਤੇ ਸੀ ਤੇ ਜਿਨ੍ਹਾਂ ਦੇ ਫਾਈਨਲ ਸੈਮ ਸੀ ਵੀ ਹੈਗੇ ਸੀ ਉਹਨਾਂ ਦੀ ਐਮ ਡੀਐਮਸੀ ਆ ਚੁੱਕੀਆਂ ਨੇ ਨਾਲ ਡਿਗਰੀ ਆ ਚੁੱਕੀਆਂ ਨੇ ਤਾਂ ਜਿਹੜੇ ਤਾਂ ਕੈਂਡੀਡੇਟ ਪ੍ਰਾਈਵੇਟ ਆ ਤਾਂ ਉਹਨਾਂ ਦੇ ਇਦਾਂ ਦੇ ਲਫਾਫੇ ਦੇ ਵਿੱਚ ਕੀ ਆ ਚੁੱਕੀਆਂ ਨੇ ਡੀਐਮਸੀਆਂ ਮਿਲ ਕੀ ਡਾਕਾਂ ਦੇ ਰਹੇ ਤੇ ਜਿਹੜੇ ਹੈਗੇ ਜੀ ਰੈਗੂਲਰ ਸਟੂਡੈਂਟ ਹੈਗੇ ਆ ਜੀ ਉਹਨਾਂ ਦੀ ਡੀਐਮਸੀਆਂ ਡਿਗਰੀਆਂ ਜਿਹੜੇ ਫਾਈਨਲ ਸੈਮ ਉਹਨਾਂ ਦੀ ਤੁਹਾਨੂੰ ਕੋੜੇ ਦੇ ਵਿੱਚ ਹੀ ਪ੍ਰਾਪਤ ਹੋ ਜਾਣਗੀਆਂ ਜੀ ਤੇ ਜਿਨ੍ਹਾਂ ਵੀ ਕੈਂਡੀਡੇਟ ਨੇ ਮਨਕੀ ਜੀਐਨਯੂ ਅੰਦਰ ਸਟੱਡੀ ਕੀਤੀ ਆ ਜੀ ਠੀਕ ਆ ਜੀ ਤੇ ਜੇਕਰ ਮੰਨ ਲਓ ਉਹਨਾਂ ਦੀ ਪਾਰਸਲ ਨਹੀਂ ਮੇਰੇ ਪ੍ਰਾਈਵੇਟ ਸਟੂਡੈਂਟ ਹੈਗੇ ਆ ਤੇ ਜਿਨ੍ਹਾਂ ਦੀ ਪਾਰਸਲ ਨਹੀਂ ਨਹੀਂ ਰੀਸੀਵ ਹੋਂਦੀ ਡਿਗਰੀ ਵਗੈਰਾ ਜਾਂ ਮਨਕੀ ਡੀਐਮਸੀ ਜਿਹੜੇ ਪੇਪਰ ਦਿੱਤੇ ਸੀ ਤਾਂ ਉਹ ਯੂਨੀਵਰਸਿਟੀ ਜਾ ਕੇ ਆਪਣੀ ਡੀਐਮਸੀ ਲੈ ਸਕਦੇ ਆ ਜੀ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਉੱਥੇ ਮਿਲ ਜਾਂਦੀਆਂ ਨੇ ਤੇ ਕਈ ਸਟੂਡੈਂਟ ਉਹਦਾ ਉੱਥੇ ਹੀ ਪ੍ਰਾਈਵੇਟ ਮਿਲਦੀਆਂ ਕਿਉਂਕਿ ਡਾਕਰਾਂ ਹੀ ਨਹੀਂ ਪਹੁੰਚਦੀਆਂ ਤਾਂ ਕਈ ਕੈਂਡੀਡੇਟ ਦੀਆਂ ਡਾਕਰਾਂ ਹੀ ਪਹੁੰਚ ਜਾਂਦੀਆਂ ਨੇ ਤਾਂ 15-20 ਦਿਨ ਵੇਟ ਕਰ ਲਿਓ ਤੁਹਾਡੀ ਜਲਦੀ ਆ ਜੂਗੀ ਤੇ ਜਿਨ੍ਹਾਂ ਦੀ ਰੀ ਚੈਕਿੰਗ ਭਰੀ ਹੋਈ ਹੈ ਜੀ ਉਹਨਾਂ ਦੀ ਡੀਐਮਸੀ ਥੋੜਾ ਰੋਕੇ ਆਊਗੀ ਜੀ ਕਿਉਂਕਿ ਡੀਐਮਸੀ ਦਾ ਰਿਜ਼ਲਟ ਹੈਗਾ ਜੀ ਉਹ ਲੇਟ ਥੋੜਾ ਹੋਊਗਾ ਤੇ ਸੌਰੀ ਰੀ ਚੈਕਿੰਗ ਦਾ ਰਿਜ਼ਲਟ ਥੋੜਾ ਲੇਟ ਆਣਾ ਉਸ ਤੋਂ ਬਾਅਦ ਤੁਹਾਡਾ ਜੋ ਵੀ ਰਿਜ਼ਲਟ ਹੋਗਾ ਉਹਦੇ ਅਕੋਰਡਿੰਗ ਤੁਹਾਡੀ ਡੀਡੀਐਮਸੀ ਬਣ ਕੇ ਆਊਗੀ ਤੇ ਜਿਨ੍ਹਾਂ ਦਾ ਪ੍ਰਾਈਵੇਟ ਹੈਗੇ ਆ ਜਿਹੜੇ ਕੈਂਡੀਡੇਟ ਉਹਨਾਂ ਦੇ ਨਾਮ ਤੇ ਜਿਹੜਾ ਵੀ ਉਹਨਾਂ ਨੇ ਜਦੋਂ ਫਾਰਮ ਭਰਦੇ ਆ ਉਸ ਟਾਈਮ ਜਿਹੜਾ ਐਡਰੈਸ ਲਿਖਾਉਂਦੇ ਆ ਉਸ ਤੇ ਮਨ ਲਿਕੇ ਆ ਜਾਂਦੀ ਆ ਤੇ ਜੇ ਤਾਂ ਮਨ ਲਿਕੇ ਮੈਨ ਫਾਈਨਲ ਸੈਮ ਦੀਆਂ ਤਾਂ ਇਹ ਲਫਾਫੇ ਚਾਹੀਏ ਡਾਕਰਾਂ ਹੀ ਤੇ ਜਿਹੜੇ ਰੈਗੂਲਰ ਸਟੂਡੈਂਟ ਆ ਉਹਨਾਂ ਦੇ ਕਾਲਜ ਦੇ ਵਿੱਚ ਉਹਨਾਂ ਨੂੰ ਰੀਸੀਵ ਹੋਣਗੀਆਂ ਡਿਗਰੀ ਤੇ ਡੀਐਮਸੀਆਂ ਤੇ ਜਿਹੜੇ ਪ੍ਰਾਈਵੇਟ ਆ ਉਹਨਾਂ ਨੂੰ ਡਾਕਰਾਂ ਹੀ ਮਿਲਣਗੀਆਂ ਜੇ ਨਹੀਂ ਮਿਲਦੀਆਂ ਤਾਂ ਤੁਸੀਂ ਯੂਨੀਵਰਸਿਟੀ ਜਾ ਕੇ ਲੈ ਸਕਦੇ ਹੋ ਤਾਂ ਮਈ ਸੈਸ਼ਨ ਦੀਆਂ ਡੀਐਮਸੀਆਂ ਡਿਗਰੀਆਂ ਆ ਚੁੱਕੀਆਂ ਨੇ ਜੀ ਤੇ ਜਿਨ੍ਹਾਂ ਦੀਆਂ ਤਾਂ ਵੈਸੇ ਡਾਕਰਾਂ ਹੀ ਆਉਂਦੀਆਂ ਨੇ ਤੇ ਡਾਕਰਾਂ ਹੀ ਆਉਣਗੀਆਂ ਤੇ ਜਿਨ੍ਹਾਂ ਦੀ ਨਹੀਂ ਆਉਂਦੀ ਡਾਕਰਾਂ ਉਹ ਯੂਨੀਵਰਸਿਟੀ ਜਾ ਕੇ ਰੀਸੀਵ ਕਰਨਗੇ ਦੇ ਤੁਸੀਂ 20-25 ਦਿਨ ਵੇਟ ਕਰ ਲਓ ਜੇ ਨਹੀਂ ਆਉਦੀਆਂ ਡਿਗਰੀਆਂ ਤੁਹਾਡੀਆਂ ਜਿਨ੍ਹਾਂ ਦਾ ਰਿਜ਼ਲਟ ਆ ਚੁੱਕ ਤਾਂ ਉਹ ਜਾ ਕੇ ਆਪਣੀ ਜੀਐਨਡੀਓ ਜਾ ਕੇ ਤੇ ਆਪਣੀਆਂ ਡਿਗਰੀਆਂ ਵਗੈਰਾ ਲੈ ਸਕਦੇ ਡੀਐਮਸੀ ਲੈ ਸਕਦੇ ਰੀਸੀਵ ਕਰ ਸਕਦੇ ਓਥੇ ਤੇ ਬਾਕੀ ਕਿਸੇ ਘਰ ਦਾ ਨਹੀਂ ਪਤਾ ਲਾ ਜਾ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਇੱਕ ਵੀਡੀਓ ਦੇ ਬਾਰੇ ਚ ਟੈਲੀਗ੍ਰਾਮ ਦਾ ਲਿੰਕ ਓਥੇ ਤੁਸੀਂ ਐਡ ਹੋ ਕੇ ਮੈਨੂੰ ਕੋਈ ਵੀ ਗੱਲਬਾਤ ਹੁੰਦੀ ਆ ਤੁਸੀਂ ਮੈਸੇਜ ਕਰ ਸਕਦੇ ਹੋ ਜੀ